ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਵੈਬਰ ਕਲਾਕਾਰ ਬਰਗਾੜੀ ਕਾਂਡ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਸਿਆਸਤ ਬੰਦ ਕਰੋ ਤਾਂ ਹੀ ਇਹਨਾਂ ਬੇਅਦਬੀ ਕਾਂਡ ਦੇ ਵਿੱਚ ਲੋਕਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ। ਨਵੀਂ ਸਿੱਧ ਸਿਰ 'ਤੇ ਸਿਰਫ ਮਾਮਲਾ ਅੱਗੇ ਪਾਉਣ ਅਤੇ ਇੱਕ ਸਿਆਸੀ ਪਰਿਵਾਰ ਨੂੰ ਬਚਾਉਣ ਲਈ ਬਣਾਈ ਗਈ ਹੈ। ਇਸ ਦੇ ਚੱਲਦਿਆਂ ਚਾਹੇ ਨਵੀਂ ਸਿੱਧ ਦੀ ਰਿਪੋਰਟ 'ਤੇ ਫੈਸਲਾ ਆਵੇ ਜਾਂ ਫਿਰ ਮੇਰੀ ਜਾਣਕਾਰੀ ਸੁਣਵਾਈ ਹੋਵੇ, ਗੱਲ ਇੱਕੋ ਹੀ ਹੈ। ਸਰ, ਕੋਟਕਪੁਰਾ ਦੀ ਜਿਹੜੇ ਨਵੀਂ ਐਸ ਟੀ ਡੀ ਬੈਠੀ ਹੈ ਪੰਜਾਬ ਸਰਕਾਰ, ਉਹਨੂੰ ਕਿੱਦਾਂ ਦੇਖ ਰਹੇ ਹੋ ਤੁਸੀਂ, ਜਾਂਚ ਨੂੰ ਕਿੱਦਾਂ ਦੇਖ ਰਹੇ ਹੋ? ਨਹੀਂ, ਦੇਖੋ, ਜੋ ਨਵੀਂ ਐਸ ਆਈ ਟੀ ਬਣੀ ਹੈ ਉਹ ਆਪਣਾ ਜਾਂਚ ਕਰ ਲਵੇ ਜੀ, ਕੋਈ ਚੀਜ਼ ਨਵੀਂ ਉਹਦੇ ਵਿੱਚ ਆਉਣੀ ਨਹੀਂ। ਠੀਕ ਹੈ, ਮੈਂ ਇਹੀ ਕਹਾਂਗਾ ਕਿ ਜੋ ਸਰਕਾਰ ਦਾ ਇਹ ਫੈਸਲਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤਾ ਗਿਆ ਹੈ, ਇਸ ਫੈਸਲੇ ਦੀ ਮੈਂ ਸਰਾਹਨਾ ਕਰਦਾ ਹਾਂ, ਸ਼ਲਾਘਾ ਕਰਦਾ ਹਾਂ। ਲੇਕਿਨ ਮੈਂ ਇਹੀ ਕਹਾਂਗਾ ਕਿ ਇਹ ਬਹੁਤ ਹੀ ਦੇਰੀ ਦੇ ਨਾਲ ਲਿਆ ਗਿਆ ਫੈਸਲਾ ਹੈ। ਕਿਉਂ? ਇਹਨਾਂ ਨੂੰ ਪਤਾ ਹੈ ਕਿ 30 ਜੂਨ 2021 ਨੂੰ ਮੈਂ ਨਿੱਜੀ ਤੌਰ 'ਤੇ ਅਪੀਲ ਮਾਨਯੋਗ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਦੇ ਸਾਹਮਣੇ ਮੈਂ ਦਾਇਰ ਕਰ ਦਿੱਤੀ ਸੀ, ਅਤੇ ਇਸ ਕਰਕੇ ਜਦੋਂ ਮੇਰੇ ਵੱਲੋਂ ਨਿੱਜੀ ਤੌਰ 'ਤੇ ਅਪੀਲ ਦਾਇਰ ਕਰ ਦਿੱਤੀ ਗਈ, ਫਿਰ ਇਹਨਾਂ ਨੇ ਇੱਕ ਇਹ ਅਪੀਲ ਪਾਈ ਹੋਈ ਹੈ। ਲੇਕਿਨ ਫਿਰ ਵੀ ਮੈਂ ਸਰਾਹਨਾ ਕਰਾਂਗਾ, ਕਿਉਂਕਿ ਜੋ ਮਤਲਬ ਭਾਵੇਂ ਮੇਰੀ ਅਪੀਲ ਦੇ ਉੱਤੇ ਫੈਸਲਾ ਹੋਵੇ ਜਾਂ ਸਰਕਾਰ ਵਾਲੀ ਅਪੀਲ ਦੇ ਉੱਤੇ ਫੈਸਲਾ ਹੋਵੇ, ਜੇਕਰ ਮੰਨ ਲਓ ਫੈਸਲਾ ਸਾਡੀ ਜੋ ਰਿਪੋਰਟ ਹੈ ਨਾ, ਉਸ ਰਿਪੋਰਟ ਦੇ ਆਧਾਰ 'ਤੇ ਹੀ ਇਨਸਾਫ਼ ਮਿਲਣਾ ਹੈ ਆਮ ਪਬਲਿਕ ਨੂੰ। ਕਿਉਂ? ਕਿਉਂਕਿ ਨਵੀਂ ਜੋ ਸੀਟ ਕੰਮ ਕਰ ਰਹੀ ਹੈ ਉਹ ਕੰਮ ਕਰੇਗੀ, ਉਹ ਓਵਰਲੈਪਿੰਗ ਹੈ, ਜੋ ਅਸੀਂ ਕਰ ਚੁੱਕੇ ਹਾਂ ਉਸ ਨੂੰ ਉਹ ਦੁਹਰਾਉਣਗੇ, ਜਾਂ ਇੱਕ ਦੋਸ਼ੀ ਪਰਿਵਾਰ ਹੈ, ਦੋਸ਼ੀ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਉਹਨਾਂ ਨੂੰ ਬਚਾਉਣ ਵਾਸਤੇ ਹੀ ਇੱਕ ਅਲਾਇੰਸ ਹੋਇਆ ਸੀ। ਠੀਕ ਹੈ, ਕਾਂਗਰਸ ਦੇ ਕੁਛ ਲੀਡਰ ਅਤੇ ਦੋਸ਼ੀ ਪਰਿਵਾਰ ਦੇ ਕੁਛ ਲੀਡਰ, ਇਹਨਾਂ ਦਾ ਆਪਸ ਦੇ ਵਿੱਚ ਜਦੋਂ ਅਲਾਇੰਸ ਹੋਇਆ, ਅਲਾਇੰਸ ਦੇ ਤਹਿਤ ਇਹਨਾਂ ਨੇ ਇਹ ਰਿਪੋਰਟ ਖਾਰਿਜ ਕਰਵਾਈ ਸੀ। ਕਿਉਂ? ਰਿਪੋਰਟ ਜੇਕਰ ਖਾਰਿਜ ਕਰਨੀ ਹੈ, ਕੁੰਵਰ ਵਿਜੇ ਪ੍ਰਤਾਪ ਨੂੰ ਜੇਕਰ ਹਟਾ ਦੇਣਾ ਹੈ ਤਾਂ ਤੁਸੀਂ ਹਟਾ ਸਕਦੇ ਸੀ। ਮੈਂ ਤਾਂ 6 ਮਹੀਨਾ ਪਹਿਲਾਂ ਤੋਂ ਇਹਨਾਂ ਨੂੰ ਬੋਲਦਾ ਸੀ ਕਿ ਜੇਕਰ ਮੈਨੂੰ ਹੀ ਹਟਾਉਣਾ ਹੈ ਤਾਂ ਸਰਕਾਰ ਆਪਣੇ ਆਰਡਰਾਂ ਦੇ ਰਾਹੀਂ ਹਟਾ ਦੇਵੇ। ਇਹਦੇ ਵਿੱਚ ਹਾਈ ਕੋਰਟ ਦਾ ਮਤਲਬ ਸਹਾਰਾ ਲੈਣ ਦੀ ਕੀ ਲੋੜ ਸੀਗੀ? ਤੱਥ ਵੀ ਪੇਸ਼ ਨਹੀਂ ਕੀਤੇ ਗਏ, ਵਕੀਲ ਦਿੱਲੀਓਂ ਆਉਂਦੇ ਸੀਗੇ, ਇੱਧਰ ਦੇ ਐਡਵੋਕੇਟ ਜਨਰਲ, ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਸੀਗਾ, ਐਡਵੋਕੇਟ ਜਨਰਲ ਪੇਸ਼ ਹੀ ਨਹੀਂ ਹੁੰਦੇ ਸੀਗੇ। ਜੋ ਐਡਵੋਕੇਟ ਜਨਰਲ ਹੈ ਨਾ ਜੀ, ਕਮਾਂਡ ਐਂਡ ਕੰਟਰੋਲ ਐਡਵੋਕੇਟ ਜਨਰਲ ਦਾ ਹੋਣਾ ਚਾਹੀਦਾ ਹੈ, ਜੇਕਰ ਉਹ ਸਰਕਾਰ ਦਾ ਹੈ। ਮੈਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਸੀ ਕਿ ਇਹ ਸਰਕਾਰੀ ਤੌਰ 'ਤੇ ਪਰਵਾਈ ਹੋ ਰਹੀ ਹੈ, ਮੈਨੂੰ ਇਹੀ ਲੱਗ ਰਿਹਾ ਸੀ ਕਿ ਸਾਡੇ ਵਕੀਲ ਦੋਸ਼ੀਆਂ ਦੀ ਪਰਵਾਈ ਕਰ ਰਹੇ ਹਨ, ਇਸ ਕਰਕੇ ਇਹ ਸਾਰਾ ਕੁਝ ਹੋਇਆ। ਲੇਕਿਨ ਸਿਆਸਤ ਬੰਦ ਹੋਣੀ ਚਾਹੀਦੀ, ਖਾਸ ਕਰਕੇ ਬਰਗਾੜੀ ਦੇ ਉੱਤੇ, ਕੋਟਕਪੂਰਾ ਦੇ ਉੱਤੇ, ਕੁੰਵਰ ਵਿਜੇ ਪ੍ਰਤਾਪ ਦੇ ਉੱਤੇ ਇਹ ਸਿਆਸਤ ਬੰਦ ਹੋਣੀ ਚਾਹੀਦੀ ਹੈ। ਪਾਰਲੀਮੈਂਟ ਦਾ ਇਲੈਕਸ਼ਨ 2019 ਦੇ ਵਿੱਚ ਹੋਇਆ, ਤੁਸੀਂ ਦੇਖੋ ਸਾਰਾ ਕੁਝ ਸਿਆਸਤ ਹੋਇਆ। ਇੱਕ ਕੁੰਵਰ ਵਿਜੇ ਪ੍ਰਤਾਪ ਕਾਂਗਰਸ ਪਾਰਟੀ ਨੂੰ ਦਿਖਾਈ ਦੇ ਰਹੇ ਸੀਗੇ, ਬਹੁਤ ਚੰਗੇ ਅਫਸਰ ਹੁੰਦੇ ਸੀਗੇ, ਲੇਕਿਨ ਸਪੋਰਟ ਕਿਸੇ ਨੇ ਨਹੀਂ ਕੀਤਾ, ਕਾਂਗਰਸ ਦੇ ਲੀਡਰਾਂ ਨੂੰ ਨੇ ਵੀ ਸਪੋਰਟ ਨਹੀਂ ਕੀਤਾ। ਠੀਕ ਹੈ, ਇਸ ਕਰਕੇ ਇਹ ਸਿਆਸਤ ਬੰਦ ਹੋਣਾ ਚਾਹੀਦਾ ਹੈ, ਅਤੇ ਮੈਨੂੰ ਪੂਰੀ ਆਸ ਹੈ ਕਿ ਜਨਤਾ ਸਾਰਾ ਕੁਝ ਦੇਖ ਰਹੀ ਹੈ ਅਤੇ ਜਨਤਾ ਸਭ ਕੁਝ ਠੀਕ ਕਰ ਦੇਗੀ, ਅਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਤੁਸੀਂ ਦੇਖੋਗੇ ਨਾ, ਜੇ ਉੱਥੀ ਸਿਆਸਤ ਹੈ, ਜਨਤਾ ਦੀਆਂ ਭਾਵਨਾਵਾਂ ਨੂੰ ਐਕਸਪਲਾਈਟ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾਂਦੀ ਹੈ, ਉਹ ਵੀ ਸਿਰਫ ਜਦੋਂ ਇਲੈਕਸ਼ਨ ਆਉਂਦਾ ਹੈ, ਉਹ ਸਾਰਾ ਚੀਜ਼ ਬੰਦ ਹੋ ਜਾਣਾ ਹੈ। ਸਰ, ਕਹਿ ਸਕਦੇ ਕਿ ਧੀਰੇ ਹੀ ਦੋਸਤ ਆਈ ਪੀ ਚੋਂ ਫੈਲ ਅਤੇ ਖੁੱਲ੍ਹੇ ਸਿੱਖਾਂ ਨੂੰ ਇੱਕ ਸੱਚਾਈ ਮਿਲ ਸਕੂਗੀ? ਦੇਖੋ, ਜੋ ਵੀ ਇਨਸਾਫ਼ ਹੋਗਾ ਨਾ, ਉਹ ਸਾਡੀ ਰਿਪੋਰਟ ਦੇ ਆਧਾਰ 'ਤੇ ਹੋਗਾ, ਕਿਉਂਕਿ ਆਜ ਤੱਕ ਮੈਂ